ADGP ਰੋਹਿਤ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਰੇਲਵੇ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਸਰਹਿੰਦ ਰੇਲਵੇ ਪੁਲਿਸ ਨੇ 5 ਕਿਲੋ ਗਾਂਜੇ ਸਮੇਤ ਇੱਕ ਪ੍ਰਵਾਸੀ ਨੌਜਵਾਨ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਦਰਅਸਲ ਉਕਤ ਫੜਿਆ ਗਿਆ ਮੁਲਜ਼ਮ ਮਜ਼ਦੂਰ ਹੈ ਅਤੇ ਉਸ ਨੂੰ ਇੱਕ ਵਿਅਕਤੀ ਨੇ ਕਿਹਾ ਸੀ ਕਿ ਇੱਕ ਬੈਗ ਜਲੰਧਰ ਤੱਕ ਪਹੁੰਚਾਉਣਾ ਹੈ ਤੇ ਉਹ ਲਾਲਚ ਦੇ ਵਿੱਚ ਆ ਗਿਆ, ਜਿਸ ਨੂੰ ਕਿ ਰੇਲਵੇ ਪੁਲਿਸ ਸਰਹਿੰਦ ਚੈਕਿੰਗ ਦੇ ਦੌਰਾਨ ਕਾਬੂ ਕਰ ਲਿਆ ਗਿਆ। ਰੇਲਵੇ ਪੁਲਿਸ ਸਰਹਿੰਦ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਅਦਾਲਤ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ। ਸ਼੍ਰੀ ਰੋਹਿਤ ਚੌਧਰੀ ADGP ਰੇਲਵੇਜ਼ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਭੈੜੇ ਪੁਰਸ਼ਾਂ ਅਤੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ASI ਇੰਦਰਜੀਤ ਸਿੰਘ, CIA GRP ਰਾਜਪੁਰਾ, ASC ਸੰਜੀਵ ਕੁਮਾਰ ਸਮੇਤ ਪੁਲਿਸ ਪਾਰਟੀ ASC ਰਵੀ ਦਾ ਪਲੇਟਫਾਰਮ ਨੰਬਰ 1 'ਤੇ ਚੈਕਿੰਗ ਕਰ ਰਹੇ ਸੀ ਤਾਂ ਇਹ ਸ਼ਖਸ ਜਿਹੜਾ ਅਸੀਂ ਫੜਿਆ ਇਹ ਦੇਖ ਕੇ ਖਿਸਕਣ ਲੱਗਿਆ, ਇਹਨੂੰ ਸ਼ੱਕ ਦੀ ਬਿਨਾਹ 'ਤੇ ਰੋਕ ਕੇ ਇਹਦਾ ਨਾਂ ਪਤਾ ਪੁੱਛਿਆ, ਜਿਹਦਾ ਨਾਂ ਵਿਪਨ ਕੁਮਾਰ ਯਾਦਵ, ਸਨ ਆਫ ਹਰੀਹਰ ਯਾਦਵ, ਪਿੰਡ ਪੋਠੀਆ, ਥਾਣਾ ਫਲਕਾ, ਜ਼ਿਲ੍ਹਾ ਕਟਿਹਾਰ, ਬਿਹਾਰ ਤੋਂ ਇਹ ਗਾਂਜਾ ਲੈ ਕੇ ਆਇਆ ਸੀ 5 ਕਿਲੋ। ਇਹ ਦੱਸਿਆ ਵੀ ਇਹ ਮਜ਼ਦੂਰੀ ਮਿਹਨਤ ਮਜ਼ਦੂਰੀ ਕਰਦਾ ਅਤੇ ਕੰਮ ਨਾ ਹੋਣ ਕਰਕੇ ਇਹਨੂੰ ਕਿਸੇ ਨੇ ਲਾਲਚ ਦੇ ਤਾ ਵੀ ਇਹ ਬੈਗ ਹੈ ਜਿਹੜਾ ਫਲਾਣੀ ਜਗ੍ਹਾ ਪਹੁੰਚਾਉਣਾ, ਇਸ ਕਰਕੇ ਚੈਕਿੰਗ ਹੋ ਰਹੀ ਸੀ, ਨਿਗਰਾਨੀ ਚੈਕਿੰਗ ਹੋ ਪੁਲਿਸ ਦੇ ਕਾਬੂ ਆ ਗਿਆ। ਇਹਦੇ ਖਿਲਾਫ਼ ਮੁਕੱਦਮਾ ਨੰਬਰ 45 ਅੰਡਰ ਸੈਕਸ਼ਨ 20 NDPS ਐਕਟ ਥਾਣਾ ਰੇਲਵੇ ਪੁਲਿਸ ਸਥਾਨ ਦਰਜ ਰਜਿਸਟਰ ਕਰਵਾਇਆ ਗਿਆ, ਗ੍ਰਿਫਤਾਰ ਕਰਕੇ ਅੱਜ ਇਹਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ। ਇਹ ਕਿੱਥੇ ਲੈ ਕੇ ਜਾ ਰਹੇ ਸੀ ਅੱਗੇ ਪਤਾ? ਅੱਗੇ ਜਲੰਧਰ ਸਾਈਡ ਜਾ ਰਿਹਾ ਸੀ, ਜਲੰਧਰ ਸਾਈਡ ਲੈ ਕੇ ਜਾ ਰਿਹਾ। ਅਤੇ ਇਹਦਾ ਰਿਮਾਂਡ ਜਿਵੇਂ ਹੋਰ ਕੀ ਪਹਿਲੀ ਵੀ ਕੋਈ ਮਾਮਲਾ ਦਰਜ ਹੈ? ਕੋਈ ਮਾਮਲਾ ਦਰਜ ਨਹੀਂ ਹੈ, ਬਾਕੀ ਇਹਦਾ ਵੈਰੀਫਾਈ ਕਰਾ ਰਹੇ ਹਾਂ, ਇਹਦੇ ਖਿਲਾਫ਼ ਪਹਿਲਾਂ ਕੋਈ ਮਾਮਲਾ ਦਰਜ ਹੈ ਜਾਂ ਨਹੀਂ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਰਿਪੋਰਟ।